ਹਾਂਜੀ ਪਿਆਰੇ ਬੱਚਿਓ ਨਮਸਕਾਰ ਅੱਜ ਆਪਾਂ ਗੱਲ ਕਰਾਂਗੇ 11ਵੀਂ ਜਮਾਤ ਦੇ ਕੰਪਿਊਟਰ ਸਾਇੰਸ ਦੇ ਪੇਪਰ ਦੇ ਸਿਲੇਬਸ ਬਾਰੇ ਇਸ ਦੇ ਵਿੱਚ ਆਪਾਂ ਦੇਖਾਂਗੇ ਕਿ ਕਿਹੜੇ ਕਿਹੜੇ ਚੈਪਟਰ ਆਉਣੇ ਨੇ ਅਤੇ ਕਿਹੜੇ ਚੈਪਟਰ ਦੇ ਵਿੱਚੋਂ ਸਾਨੂੰ ਕਿੰਨੇ ਅੰਕ ਦਾ ਪੇਪਰ ਆਵੇਗਾ ਠੀਕ ਹੈ ਸਭ ਤੋਂ ਪਹਿਲਾਂ ਜਿਹੜਾ ਪੇਪਰ ਦਾ ਸਮਾਂ ਉਹ 3 ਘੰਟੇ ਹੈ 23 ਦੇ ਵਿੱਚ ਲਿਖਤੀ ਅੰਕ 50 ਨੇ ਅੰਤਰੀਕ ਮੁਲਾਂਕਣ 5 ਪ੍ਰਯੋਗੀ 45 ਅਤੇ ਕੁੱਲ ਅੰਕ 100 ਇਸ ਦਾ ਜਿਹੜਾ ਸਾਨੂੰ ਇੱਥੇ ਬਣਤਰ ਦਿੱਤੀ ਗਈ ਹੈ ਤੇ ਇੱਥੇ ਨੰਬਰ ਦਿੱਤੇ ਗਏ ਨੇ ਠੀਕ ਹੈ ਇਹਨੂੰ ਅਸੀਂ ਦੇਖਾਂਗੇ ਕਿ ਸਾਡੇ ਜਿਹੜੇ ਚੈਪਟਰਾਂ ਦੇ ਵਿੱਚੋਂ ਕਿਸ ਤਰ੍ਹਾਂ ਨੇ ਸਭ ਤੋਂ ਪਹਿਲਾਂ ਆਪਾਂ ਪ੍ਰਸ਼ਨ ਪੱਤਰ ਦੀ ਬਣਤਰ ਪੜ੍ਹਦੇ ਹਾਂ ਪ੍ਰਸ਼ਨ ਪੱਤਰ ਤਿੰਨ ਪਾਗਾਂ ਵਿੱਚ ਵੰਡਿਆ ਜਾਵੇਗਾ ਪਾ ਗੂੜਾ ਆੜਾ ਅਤੇ ਈਡੀ ਪੂੜਾ ਵਿੱਚ ਪ੍ਰਸ਼ਨ ਨੰਬਰ 1 ਤੋਂ 3 ਤੱਕ ਹੋਣਗੇ ਪ੍ਰਸ਼ਨ ਨੰਬਰ 1 ਵਿੱਚ ਪ੍ਰਸ਼ਨ 6 ਪ੍ਰਸ਼ਨ ਬਹੁ ਵਿਕਲਪੀ ਉੱਤਰਾਂ ਵਾਲੇ ਪ੍ਰਸ਼ਨ ਹੋਣਗੇ ਜਿੰਨਾ ਵਿੱਚ ਅਸੀਂ ਟਿੱਕ ਮਾਰ ਲਾਉਣੀ ਹੋਏਗੀ ਠੀਕ ਹੈ ਇਸ ਤੋਂ ਬਾਅਦ ਅਸੀਂ ਚੱਲਦੇ ਹਾਂ ਨੰਬਰ 2 ਤੇ ਇਸ ਵਿੱਚ ਖਾਲੀ ਥਾਵਾਂ ਵਾਲੇ ਹੋਣਗੇ ਠੀਕ ਹੈ ਨੰਬਰ 3 ਵਿੱਚ ਸਾਨੂੰ ਸਹੀ ਜਾਂ ਗਲਤ ਵਾਲੇ ਸ਼ਾਰਟਕੱਟ ਕੀਜ਼ ਪੁੱਛੇ ਜਾਣਗੇ ਇਸ ਤੋਂ ਬਾਅਦ ਆੜਾ ਵਿੱਚ ਪ੍ਰਸ਼ਨ ਨੰਬਰ 4 ਤੋਂ 8 ਚਾਰ-ਚਾਰ ਅੰਕ ਦੇ ਹੋਣਗੇ ਪੰਜ ਪ੍ਰਸ਼ਨ ਹੋਣਗੇ ਠੀਕ ਹੈ ਜਿਸ ਵਿੱਚ ਦੋ ਵਿੱਚ ਅੰਦਰੂਨੀ ਛੋਟ ਹੋਵੇਗੀ ਤੇ ਇਸ ਤੋਂ ਬਾਅਦ ਪਾਗੀੜੀ ਵਿੱਚ 9 ਤੋਂ ਲੈ ਕੇ 10 ਤੱਕ ਛੇ-ਛੇ ਅੰਕ ਦੇ ਪ੍ਰਸ਼ਨ ਹੋਣਗੇ ਦੋ ਪ੍ਰਸ਼ਨ ਹੋਣਗੇ ਠੀਕ ਹੈ ਜਿਨ੍ਹਾਂ ਵਿੱਚ ਅੰਦਰੂਨੀ ਛੋਟ ਹੋਵੇਗੀ ਤੇ ਹੁਣ ਆਪਾਂ ਦੇਖਦੇ ਹਾਂ ਇਹ ਪ੍ਰਸ਼ਨਾਂ ਦਾ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਇਹ ਪ੍ਰਸ਼ਨ ਇਹਨਾਂ ਲੈਸਨਾਂ ਦੇ ਵਿੱਚ ਆਉਣਗੇ ਸਾਡਾ ਜਿਹੜਾ ਪਹਿਲਾ ਚੈਪਟਰ ਹੈਗੇ ਹੈ ਪਹਿਲਾ ਚੈਪਟਰ ਹੈ 10ਵੀਂ ਕਲਾਸ ਦੀ ਦੁਹਰਾਈ ਦੂਜਾ ਸੀ ਵਿੱਚ ਭਾਸ਼ਾ ਸੀ ਭਾਸ਼ਾ ਵਿੱਚ ਪ੍ਰੋਗਰਾਮਿੰਗ ਦੀ ਭੂਮਿਕਾ ਕਨਸਟੈਂਟ ਵੇਰੀਏਬਲ ਅਤੇ ਡਾਟਾ ਟਾਈਪਸ ਆਪਰੇਟਰਸ ਅਤੇ ਐਕਸਪ੍ਰੈਸ਼ਨ ਕੰਟਰੋਲ ਫਲੋ ਪਾਗ 1 ਕੰਟਰੋਲ ਫਲੋ ਪਾਗ 2 ਡੈਸਕਟਾਪ ਪਬਲਿਸ਼ਿੰਗ ਠੀਕ ਹੈ ਇਹ ਚੈਪਟਰਾਂ ਦੇ ਨਾਮ ਨੇ ਇਹਦੇ ਵਿੱਚੋਂ ਕੋਲ ਅੰਕ 7 ਆਉਣਗੇ 7 7 7 9 4 9 ਠੀਕ ਹੈ ਕੋਲ ਅੰਕ 50 ਹੋਣਗੇ ਠੀਕ ਹੈ ਤੇ ਹੁਣ ਆਪਾਂ ਦੇਖਦੇ ਆ ਅੱਗੇ 21 ਅੰਕ ਵਾਲੇ ਇਸ ਵਿੱਚੋਂ ਤਿੰਨ ਆਉਣਗੇ 3 3 3 3 3 ਸਾਰ ਇਹਨਾਂ ਵਿੱਚੋਂ 18 ਤੇ ਇਸ ਵਿੱਚੋਂ ਕੋਈ ਵੀ ਪਰੇਸ਼ਾਨਾ ਨਹੀਂ ਆਵੇਗਾ ਤੇ 4 4 ਅੰਕ ਵਾਲੇ ਇਸ ਇਹਦੇ ਵਿੱਚੋਂ ਦੋ ਪਰੇਸ਼ਾਨਾ ਆਉਣਗੇ ਇਹਦੇ ਵਿੱਚ ਤੇ ਇੱਕ ਛੋਟ ਵਾਲਾ ਹੋਵੇਗਾ ਮਤਲਬ ਦੋ ਦੇ ਵਿੱਚੋਂ ਇੱਕ ਕਰਨਾ ਹੋਵੇਗਾ ਠੀਕ ਹੈ ਤੇ ਇਸ ਤਰ੍ਹਾਂ ਇਹਦੇ ਵਿੱਚੋਂ ਜਿਹੜੇ ਤੁਹਾਡੇ ਵੱਡੇ ਪ੍ਰਸ਼ਨ ਨੇ ਉਹ ਪੰਜਵੇਂ ਲੈਸਨ ਦੇ ਵਿੱਚੋਂ ਆਉਣਗੇ ਤੇ 7ਵੇਂ ਲੈਸਨ ਦੇ ਵਿੱਚੋਂ ਆਉਣਗੇ ਆਹ ਵੱਡੇ ਪ੍ਰਸ਼ਨਾਂ ਇਹ ਦੋ ਦੋ ਹੋਣਗੇ ਤੇ ਦੋਆਂ ਦੇ ਵਿੱਚੋਂ ਇੱਕ ਕਰਨਾ ਹੋਵੇਗਾ ਇਸ ਦੇ ਵਿੱਚੋਂ ਵੀ ਦੋ ਆਉਣਗੇ ਇੱਕ ਕਰਨਾ ਹੋਵੇਗਾ ਠੀਕ ਹੈ ਤੇ ਤੁਸੀਂ ਦੇਖ ਸਕਦੇ ਹੋ ਤੇ ਇਸ ਪੂਰੀ ਆਦਾ ਤੁਸੀਂ ਸਕਰੀਨ ਸ਼ਾਟ ਲੈ ਕੇ ਆਪਣੇ ਪੇਪਰ ਦੀ ਤਿਆਰੀ ਕਰ ਸਕਦੇ ਹੋ ਧੰਨਵਾਦ